ਸਤਲੁਜ ਦਰਿਆ ਚ ਰੁੜ ਕੇ ਪਾਕਿਸਤਾਨ ਪੁੱਜੇ ਦੋ ਦੋਸਤਾਂ ਦੀ 7 ਮਹੀਨਿਆਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਉਹਨਾਂ ਦੇ ਪਾਕਿਸਤਾਨ ਜਾਣ ਮਗਰੋਂ ਇੱਕ ਦੋਸਤ ਦੇ ਪੁੱਤਰ ਨੇ ਵੀ ਆਪਣੀ ਜਾਨ ਗਵਾ ਲਈ, ਜਿਸ ਨੇ ਪਰਿਵਾਰ ਦੀ ਪੀੜਾ ਨੂੰ ਦੁੱਗਣਾ ਕਰ ਦਿੱਤਾ। ਹੁਣ ਦੋਵੇਂ ਪਰਿਵਾਰਾਂ ਨੇ ਅੱਖਾਂ ਦੇ ਵਿੱਚ ਹੰਝੂ ਅਤੇ ਦਿਲ ਦੇ ਵਿੱਚ ਆਸ ਲੈ ਕੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਾਇਆ ਜਾਵੇ। ਵਰਣਨਯੋਗ ਹੈ ਕਿ 14 ਮਹੀਨੇ ਪਹਿਲਾਂ ਬੇਟ ਇਲਾਕੇ ਦੇ ਪਿੰਡ ਪਰਜ਼ੀਆਂ ਬਿਹਾਰੀਪੁਰ ਦੇ 27 ਸਾਲਾ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਸਤਲੁਜ ਦਰਿਆ ਪਾਰ ਪੈਂਦੇ ਪਿੰਡ ਖੈਰਾ ਮੁਸਤਰਖਾ 34 ਸਾਲਾ ਰਤਨਪਾਲ ਸਿੰਘ ਭੁਲੇਖੇ ਨਾਲ ਹੁਸੈਨੀ ਵਾਲਾ ਬਾਰਡਰ ਦੇ ਕੋਲੋਂ ਦਰਿਆ ਸਤਲੁਜ ਰਾਹੀਂ ਪਾਕਿਸਤਾਨ ਜਾ ਪੁੱਜੇ ਸਨ, ਜਿਨ੍ਹਾਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਐਤਵਾਰ ਨੂੰ ਖੈਰਾ ਮੁਸਤਰਖਾ ਦੀ ਸੁਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਰਤਨਪਾਲ ਸਿੰਘ ਅਤੇ ਦੋਸਤ ਹਰਵਿੰਦਰ ਸਿੰਘ ਦੇ ਨਾਲ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਨੇੜੇ ਪਿੰਡ ਵਿੱਚ ਰਹਿੰਦੇ ਰਿਸ਼ਤੇਦਾਰਾਂ ਕੋਲ ਕਹਿ ਕੇ ਗਏ ਸਨ ਕਿ ਉੱਥੇ ਹਰਵਿੰਦਰ ਦੇ ਰਿਸ਼ਤੇਦਾਰ ਦਾ ਸਤਲੁਜ ਦਰਿਆ ਦੇ ਵਿੱਚ ਸਮਾਨ ਵਹਿ ਗਿਆ, ਅਸੀਂ ਮਦਦ ਕਰਨ ਲਈ ਜਾ ਰਹੇ ਹਾਂ। ਅਗਲੇ ਦਿਨ ਪਿੰਡ ਪੁੱਜੀ ਪੁਲਿਸ ਨੇ ਦੱਸਿਆ ਕਿ ਉਕਤ ਦੋਵੇਂ ਪਾਕਿਸਤਾਨ ਜਾ ਪੁੱਜੇ, ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਸੂਬਾ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੇ ਉਹਨਾਂ ਦੀ ਸਾਰ ਤੱਕ ਨਾ ਲਈ। ਉਹਨਾਂ ਨੂੰ ਤਾਂ ਇਹ ਤੱਕ ਨਹੀਂ ਦੱਸਿਆ ਗਿਆ ਕਿ ਉਸਦਾ ਪਤੀ ਕਿਸ ਜੇਲ੍ਹ ਦੇ ਵਿੱਚ ਅਤੇ ਕਿਸ ਹਾਲ ਦੇ ਵਿੱਚ ਹੈ। ਇਸੇ ਤਰ੍ਹਾਂ ਪਿੰਡ ਪਰਜ਼ੀਆਂ ਬਿਹਾਰਪੁਰ ਦੇ ਹਰਵਿੰਦਰ ਸਿੰਘ ਦਾ ਪਰਿਵਾਰ ਵੀ ਗਹਿਰੇ ਸਦਮੇ ਦੇ ਵਿੱਚ ਹੈ। ਹਰਵਿੰਦਰ ਸਿੰਘ ਦੀ ਪਤਨੀ ਸਿਕੰਦਰ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਵੀ ਦਰਿਆ ਸਤਲੁਜ ਵਿੱਚ ਆ ਗਈ। ਪਤੀ ਪਾਕਿਸਤਾਨ ਜੇਲ੍ਹ ਦੇ ਵਿੱਚ ਹਨ। ਅਜਿਹੇ ਵਿੱਚ ਦੋਵਾਂ ਬੱਚਿਆਂ ਸਮੇਤ ਆਪਣਾ ਪਾਲਣ ਪੋਸ਼ਣ ਕਰਨਾ ਮੁਸ਼ਕਿਲ ਹੋ ਗਿਆ। ਉਹਨਾਂ ਨੇ ਦੱਸਿਆ ਕਿ ਉਸਦੇ ਪਤੀ ਅਤੇ ਦੋਸਤ ਨੂੰ ਭੁਲੇਖੇ ਨਾਲ ਪਾਕਿਸਤਾਨ ਦਾਖਲ ਹੋਣ 'ਤੇ 7 ਮਹੀਨੇ ਦੀ ਸਜ਼ਾ ਹੋਈ ਸੀ, ਜਿਸ ਨੂੰ ਪੂਰੇ ਕਰਦੇ ਹੋਏ ਵੀ 7 ਮਹੀਨੇ ਬੀਤ ਗਏ ਹਨ ਅਤੇ ਉਹਨਾਂ ਦੀ ਰਿਹਾਈ ਨਹੀਂ ਹੋਈ। ਇਹਨਾਂ ਨੌਜਵਾਨਾਂ ਦਾ ਨਾਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੀ। ਪਾਕਿਸਤਾਨ ਰੇਂਜਰਾਂ ਵੱਲੋਂ 29 ਜੁਲਾਈ ਤੋਂ 3 ਅਗਸਤ ਤੱਕ ਜਿਨ੍ਹਾਂ 6 ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦੀ ਸਮਗਲਿੰਗ ਦੇ ਦੋਸ਼ 'ਚ ਸਰਹੱਦ ਨੇੜਿਓਂ ਕਾਬੂ ਕਰਨ ਦਾ ਦਾਅਵਾ ਕੀਤਾ ਸੀ, ਉਹਨਾਂ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਨਾਂ ਵੀ ਸ਼ਾਮਿਲ ਸੀ। ਇਹ ਖਬਰ ਦੇ ਮਿਲਣ ਤੋਂ ਬਾਅਦ ਪਿੰਡ ਅਤੇ ਪਰਿਵਾਰ ਦੇ ਅੰਦਰ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਅਤੇ ਪੀੜਤ ਦੀ ਪਤਨੀ ਦਾ ਕਹਿਣਾ ਹੈ ਕਿ ਹਰਵਿੰਦਰ ਕਦੇ ਵੀ ਫਿਰੋਜ਼ਪੁਰ ਵਾਲੀ ਸਾਈਡ ਨਹੀਂ ਗਿਆ ਅਤੇ ਫਿਰ ਇਸ ਧੰਦੇ ਦੇ ਵਿੱਚ ਸ਼ਾਮਿਲ ਉਹ ਕਿਵੇਂ ਹੋ ਸਕਦਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਭਾਰਤੀ ਫੌਜਾਂ ਵੱਲੋਂ ਪਾਕਿਸਤਾਨੀ ਤਸਕਰੀ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਸਾਡੇ ਨੌਜਵਾਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ।